ਭਾਈ ਦੋ ਮੁੰਡੇ ਐਕਟਿਵਾ ਦੇ ਇੱਥੇ ਘੁੰਮਦੇ ਫਿਰਦੇ ਪਏ, ਮੈਂ ਸਬਜ਼ੀ ਲੈ ਕੇ ਆਇਆ ਵੈਸੇ, ਅਤੇ ਮੈਂ ਉਹਨਾਂ ਨੂੰ ਮੈਨੂੰ ਲੱਗਣ ਨਹੀਂ ਦਿਆ ਕਿ ਇਹ ਕੋਈ ਤਾਰ ਦੇ ਵਿੱਚ ਹੈਗੇ ਆ, ਅਤੇ ਮੈਂ ਵੈਸੇ ਮੈਂ ਕਿਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੂ ਕੁਮਾਰ ਨੂੰ ਕਿ ਮੈਂ ਕਿਹਾ ਇੱਦਾਂ ਇਸ ਤਰ੍ਹਾਂ ਨੂੰ ਦੋ ਮੁੰਡੇ ਘੁੰਮਦੇ ਐਕਟਿਵਾ 'ਤੇ, ਅਤੇ ਮੈਂ ਕਿਹਾ ਚਲੋ ਮੈਂ ਕਿਹਾ ਇੱਦਾਂ ਨਾ ਉਹ ਸ਼ਾਇਦ ਮੈਨੂੰ ਲੱਗਦਾ ਕੋਈ ਤਾਰ ਦੇ ਵਿੱਚ ਹੈਗੇ ਆ, ਅਤੇ ਮੈਂ ਕਿਹਾ ਸ਼ਾਇਦ ਮੈਂ ਲੋਕ ਕਰ ਲਈ ਆਪਾਂ, ਉਹ ਕਹਿੰਦੇ ਲੋਕ ਕਰ ਲਓ, ਮੈਂ ਲੋਕ ਕੀਤਾ ਹੀ ਆ, ਨਾਲੇ 2 ਮਿੰਟ ਬੈਠਾ ਹੀ ਆ ਅਤੇ ਨਾਲ ਹੀ ਇੱਟਾਂ ਚੱਲ ਪਿਆ ਮੇਰੇ। ਕੋਈ ਬੰਦੇ ਦੀ ਪਛਾਣ ਹੋਈ ਹੈ ਕੋਈ ਬੰਦੇ ਦੀ? ਨਾ 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 ਨਾ, ਇੱਦਾਂ ਕੋਈ ਤੁਹਾਡੀ ਪੁਰਾਣੀ ਰੰਜਿਸ਼ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਛ? ਨਹੀਂ ਅੱਜ ਤੱਕ ਤਾਂ, ਅੱਜ ਤੱਕ ਤਾਂ ਆਪਾਂ ਜਿੰਨਾ ਵੀ ਕੰਮ ਕੀਤਾ ਚੁੱਪ ਚੁੱਪੀਤੇ ਕੰਮ ਕਰਦੇ, ਨਾਲ ਘਰੇ ਚੱਲ ਜਾਂਦੇ ਰੋਟੀ। ਤੁਹਾਡਾ ਕੰਮ ਕਾਹਦਾ ਹੈਗਾ ਜੀ? ਸਲੂਨ ਦਾ ਜੀ ਆਪਣਾ। ਪੁਲਿਸ ਨੂੰ ਤਲਾਕ ਕੀਤੀ ਇਸ ਬਾਰੇ? ਹਾਂਜੀ ਹਾਂਜੀ ਹਾਂਜੀ। ਮੌਕੇ 'ਤੇ ਪੁਲਿਸ ਆਈ ਸੀ? ਹਾਂਜੀ ਮੌਕੇ 'ਤੇ ਆਈ ਹੈ, ਵੀਡੀਓ ਬਣਾ ਕੇ ਚੱਲ ਗਏ ਆ, ਉਹ ਕਹਿੰਦੇ ਰਿਪੋਰਟ ਕਰ ਦਿਓ, ਹੁਣ ਰਿਪੋਰਟ ਲਿਖਾਉਣ ਗਏ ਆ। ਮਾਲਕ ਦੀ ਮੰਗ ਕੀ ਕਰਦੇ ਜੀ ਕਿਹੜੇ ਬੰਦੇ ਨੇ? ਸਾਨੂੰ ਸਿਰਫ ਇਹ ਹੈ ਕਿ ਸਾਨੂੰ ਸਾਫ ਹੀ ਕਰੇ ਕਿ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀਜ਼ ਕੀਤੀ ਹੈ। ਠੀਕ, ਕਿੰਨੀ ਕੁ ਉਮਰ ਹੈਗੀ ਸੀ ਉਹਨਾਂ ਦੀ ਜਿਹੜਾ ਕੁਛ? ਸਰ ਇੱਦਾਂ ਕੋਈ ਹੈ ਨਹੀਂ, ਥੋੜ੍ਹੇ ਹੈ ਮਤਲਬ ਕਿ ਹੈਲਦੀ ਸੀ, ਮੋਟੇ ਜਵਾਨ ਸੀ ਬੰਦੇ, ਆਪਣੇ ਹੈਲਦੀ ਸੀ ਬੰਦੇ, ਐਕਟਿਵਾ 'ਤੇ ਗਏ ਵਾਈਟ ਐਕਟਿਵਾ 'ਤੇ, ਮੈਂ ਨੰਬਰ ਪਲੇਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਸੀ ਕਿ ਪਤਾ ਨਹੀਂ ਲੱਗਣ ਕਿ ਕੌਣ ਆ। ਕੋਈ ਲੱਗੇ ਸ਼ਾਗੇ ਕੈਮਰਾ ਵਗੈਰਾ ਲੱਗਾ? ਕੋਈ ਕੈਮਰਾ 2-3 ਇੱਧਰ ਸ਼ਾਇਦ ਲੱਗੇ ਹੋਣੇ, ਗਲੀ ਦੇ 2-3 ਗਲੀਆਂ ਹੈਗੀਆਂ, ਉਹਨਾਂ ਲੱਗ ਗਏ ਕੈਮਰੇ ਲੱਗੇ ਵੈਸੇ।